ਦੋ ਤਿੰਨ ਕੈਨੇਡੀਅਨਾਂ ਨੂੰ ਲੱਗਦਾ ਹੈ ਕਿ ਕਰਿਆਨੇ ਦੀ ਦੁਕਾਨ ਤੇ ਮਹਿੰਗਾਈ ਵੱਧ ਰਹੀ ਹੈ। ਬੇਸ਼ੱਕ ਫੂਡ ਇਨਫਲੇਸ਼ਨ ਲਗਾਤਾਰ ਠੰਡੀ ਹੁੰਦੀ ਦਿਖਾਈ ਦੇ ਰਹੀ ਹੈ। ਇੱਕ ਨਵੇਂ ਲੈਜਰ ਸਰਵੇਖਣ ਦੇ ਅਨੁਸਾਰ 30% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਭੋਜਨ ਮਹਿੰਗਾਈ ਮੁੱਖ ਤੌਰ ਤੇ ਕਰਿਆਨੇ ਦੀਆਂ ਦੁਕਾਨਾਂ ਦੁਆਰਾ ਜਿਹੜੀ ਹੈ ਉਹ ਮੁਨਾਫੇ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਕਾਰਨ ਹੋਈ ਹੈ, ਜਦੋਂ ਕਿ ਦੂਜੇ ਗਲੋਬਲ ਆਰਥਿਕ ਕਾਰਨਾਂ ਜਾਂ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਪੋਲ ਕੀਤੇ ਗਏ 10 ਵਿੱਚੋਂ 7 ਲੋਕਾਂ ਦਾ ਇਹ ਕਹਿਣਾ ਕਿ ਉਹ ਲੋਬਲੋ ਦੀ ਮਲਕੀਅਤ ਵਾਲੇ ਸਟੋਰਾਂ ਦੇ ਵਿਰੁੱਧ ਚੱਲ ਰਹੇ ਬਾਈਕਾਟ ਤੋਂ ਜਾਣੂ ਹਨ, ਜੋ ਮਈ ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਸੀ। ਪਰ 10 ਵਿੱਚੋਂ ਸਿਰਫ 2 ਦਾ ਕਹਿਣਾ ਕਿ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਬਾਈਕਾਟ ਦੇ ਵਿੱਚ ਹਿੱਸਾ ਲੈ ਰਿਹਾ। ਲਗਭਗ 2/3 ਕੈਨੇਡੀਅਨ ਮਹਿਸੂਸ ਕਰਦੇ ਨੇ ਕਿ ਕਰਿਆਨੇ ਦੀ ਦੁਕਾਨ 'ਤੇ ਮਹਿੰਗਾਈ ਵਿਗੜਦੀ ਜਾ ਰਹੀ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਬੇਸ਼ੱਕ ਭੋਜਨ ਦੀ ਮਹਿੰਗਾਈ ਲਗਾਤਾਰ ਠੰਡੀ ਹੋ ਰਹੀ ਹੈ, ਇੱਕ ਨਵੇਂ ਲੈਜਰ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਲਗਭਗ 30% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਭੋਜਨ ਦੀ ਮਹਿੰਗਾਈ ਮੁੜ ਤੌਰ 'ਤੇ ਕਰਿਆਨੇ ਦੀਆਂ ਦੁਕਾਨਾਂ ਦੁਆਰਾ ਮੁਨਾਫੇ ਦੇ ਮਾਰਜਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਕਾਰਨ ਹੋਈ ਹੈ। ਹੋਰ 26% ਸੋਚਦੇ ਨੇ ਕਿ ਇਹ ਜ਼ਿਆਦਾਤਰ ਗਲੋਬਲ ਆਰਥਿਕ ਕਾਰਨਾਂ ਦੇ ਕਰਕੇ ਹੈ, ਜਦੋਂ ਕਿ 5 ਵਿੱਚੋਂ 1 ਫੈਡਰਲ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਨੇ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਅਪ੍ਰੈਲ ਵਿੱਚ ਕਰਿਆਨੇ ਦੀ ਮਹਿੰਗਾਈ ਦਰ 1.4% ਸੀ ਅਤੇ ਇਸ ਨਾਲ ਸਮੁੱਚੀ ਮਹਿੰਗਾਈ ਦਰ ਨੂੰ 2.7% ਤੱਕ ਘੱਟ ਕਰਨ ਵਿੱਚ ਮਦਦ ਮਿਲੀ। ਹਾਲਾਂਕਿ ਘੱਟ ਮਹਿੰਗਾਈ ਦਾ ਮਤਲਬ ਅਜੇ ਵੀ ਕੀਮਤਾਂ ਵਧਣਾ ਹੈ ਅਤੇ ਪਿਛਲੇ 3 ਸਾਲਾਂ ਵਿੱਚ ਏਜੰਸੀ ਦੇ ਅਨੁਸਾਰ ਕਰਿਆਨੇ ਦੀਆਂ ਕੀਮਤਾਂ ਵਿੱਚ 21.4% ਦਾ ਵਾਧਾ ਹੋਇਆ ਹੈ। ਪ੍ਰਮੁੱਖ ਕਰਿਆਨੇ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਭੋਜਨ ਅਤੇ ਹੋਰ ਜ਼ਰੂਰਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਿਆਸੀ ਅਤੇ ਜਨਤਕ ਦਬਾਅ ਦੇ ਵਿਚਕਾਰ ਮਹਿੰਗਾਈ ਤੋਂ ਬੇਲੋੜੇ ਲਾਭ ਨਹੀਂ ਲਏ। ਖਪਤਕਾਰਾਂ ਦੇ ਇੱਕ ਸਮੂਹ ਨੇ ਮਈ ਵਿੱਚ ਉੱਚੀਆਂ ਕੀਮਤਾਂ ਅਤੇ ਉਦਯੋਗ ਦੀ ਇਕਾਗਰਤਾ ਨਾਲ ਨਿਰਾਸ਼ਾ ਨੂੰ ਲੈ ਕੇ ਲੋਬਲੋ ਦੀ ਮਲਕੀਅਤ ਵਾਲੇ ਸਟੋਰਾਂ ਦਾ ਬਾਈਕਾਟ ਕੀਤਾ ਹੈ। ਪੋਲ ਕੀਤੇ ਗਏ 10 ਵਿੱਚੋਂ 7 ਕੈਨੇਡੀਅਨਾਂ ਨੇ ਕਿਹਾ ਹੈ ਕਿ ਉਹ ਚੱਲ ਰਹੇ ਬਾਈਕਾਟ ਤੋਂ ਜਾਣੂ ਹਨ ਅਤੇ 58% ਨੇ ਕਿਹਾ ਹੈ ਕਿ ਉਹ ਇਸ ਦਾ ਸਮਰਥਨ ਕਰਦੇ ਨੇ, ਪਰ ਸਿਰਫ 18% ਨੇ ਕਿਹਾ ਹੈ ਕਿ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਬਾਈਕਾਟ ਵਿੱਚ ਸ਼ਾਮਿਲ ਹੋਇਆ ਹੈ। ਪੋਲ ਬਾਈਕਾਟ ਬਾਰੇ ਪੇਂਡੂ ਅਤੇ ਸ਼ਹਿਰੀ ਨਿਵਾਸੀਆਂ ਦੇ ਵੱਖੋ ਵੱਖਰੇ ਵਿਚਾਰਾਂ ਨੂੰ ਉਜਾਗਰ ਕਰਦਾ ਹੈ ਅਤੇ ਸੁਝਾਅ ਦਿੰਦਾ ਹੈ ਕਿ ਸ਼ਹਿਰੀ ਖੇਤਰ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ ਲੋਬਲੋ ਦੀ ਮਲਕੀਅਤ ਵਾਲੇ ਕਰਿਆਨੇ ਦੀਆਂ ਦੁਕਾਨਾਂ ਅਤੇ ਬਾਈਕਾਟ ਵਿੱਚ ਹਿੱਸਾ ਲੈਣਾ ਵਧੇਰੇ ਮੁਸ਼ਕਲ ਹੈ। ਲੈਜੇਰ ਦੁਆਰਾ ਪੋਲ ਕੀਤੇ ਗਏ ਸ਼ਹਿਰੀ ਨਿਵਾਸੀ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਸਨ ਕਿ ਉਹ ਉਪਨਗਰੀਏ ਅਤੇ ਪੇਂਡੂ ਵਸਨੀਕਾਂ ਨਾਲੋਂ ਬਾਈਕਾਟ ਦਾ ਸਮਰਥਨ ਕਰਦੇ ਨੇ ਅਤੇ ਇਸ ਵਿੱਚ ਹਿੱਸਾ ਲੈਣ ਦੀ ਵੀ ਜ਼ਿਆਦਾ ਸੰਭਾਵਨਾ ਹੈ। ਲਗਭਗ 10 ਕੈਨੇਡੀਅਨਾਂ ਦਾ ਕਹਿਣਾ ਹੈ ਕਿ ਇਹ ਅਨੁਚਿਤ ਜਾਪਦਾ ਹੈ ਕਿ ਬਾਈਕਾਟ ਸਿਰਫ ਲੋਬਲੋ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਲਗਭਗ 2/3 ਉਜਾਗਰਤਾ ਇਹ ਨਹੀਂ ਸੋਚਦੇ ਕਿ ਬਾਈਕਾਟ ਦਾ ਕਰਿਆਨੇ ਦੀਆਂ ਕੀਮਤਾਂ 'ਤੇ ਕੋਈ ਅਸਰ ਪਵੇਗਾ। ਸ਼ਹਿਰੀ ਨਿਵਾਸੀ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਉਹ ਸੋਚਦੇ ਨੇ ਕਿ ਬਾਈਕਾਟ ਕੀਮਤਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਲਗਭਗ 3/4 ਪੇਂਡੂ ਕੈਨੇਡੀਅਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਾਈਕਾਟ ਕੀਮਤਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਬਾਈਕਾਟ ਵਿੱਚ ਹਿੱਸਾ ਲੈਣ ਵਾਲਿਆਂ ਲਈ 40% ਦਾ ਕਹਿਣਾ ਹੈ ਕਿ ਉਹ ਵੱਡੇ ਬਾਕਸ ਕਰਿਆਨੇ ਦੀ ਦੁਕਾਨ ਜਿਵੇਂ ਕਿ ਕੋਸਕੋ ਜਾਂ ਵਾਲਮਾਰਟ ਵੱਲ ਮੁੜ ਰਹੇ ਨੇ। 31% ਨੇ ਕਿਹਾ ਹੈ ਕਿ ਉਹ ਇੱਕ ਰਾਸ਼ਟਰੀ ਕਰਿਆਨੇ ਦੀ ਚੇਨ ਜਿਵੇਂ ਕਿ ਸੋਬੀਜ਼ ਜਾਂ ਫਿਰ ਸੇਵਨ ਫੂਡਜ਼ ਵੱਲ ਮੁੜ ਰਹੇ ਨੇ ਅਤੇ 23% ਨੇ ਕਿਹਾ ਕਿ ਉਹ ਇੱਕ ਸੁਤੰਤਰ ਸਥਾਨਕ ਕਰਿਆਨੇ ਦੀ ਦੁਕਾਨ ਤੋਂ ਖਰੀਦਦਾਰੀ ਕਰ ਰਹੇ ਨੇ। ਪੇਂਡੂ ਬਾਈਕਾਟ ਭਾਗੀਦਾਰਾਂ ਦੀ ਸ਼ਹਿਰੀ ਅਤੇ ਉਪਨਗਰੀ ਖੇਤਰਾਂ ਦੇ ਭਾਗੀਦਾਰਾਂ ਨਾਲੋਂ ਇੱਕ ਸੁਤੰਤਰ ਸਟੋਰ 'ਤੇ ਖਰੀਦਦਾਰੀ ਕਰਨ ਦੀ ਜ਼ਿਆਦਾ ਸੰਭਾਵਨਾ ਸੀ। ਲੈਜੇਰ ਨੇ 17 ਮਈ ਤੋਂ 19 ਮਈ ਦੇ ਦਰਮਿਆਨ 1519 ਕੈਨੇਡੀਅਨਾਂ ਦਾ ਸਰਵੇਖਣ ਕੀਤਾ। ਕਰਿਆਨੇ ਦੀ ਮਹਿੰਗਾਈ, ਲੋਬਲੋ ਬਾਈਕਾਟ ਤੇ ਕਰਿਆਨੇ ਦੇ ਮੁਨਾਫਿਆਂ ਬਾਰੇ ਪੁੱਛਿਆ ਗਿਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।